ਪਾਠ ਪਹਿਲਾ ਤ੍ਰੈ ਮਾਵਾਂ ਉਦੇਸ਼ ਮਨੁੱਖ ਨੂੰ ਉਸ ਮਾਂ ਨੂੰ ਨਹੀਂ ਭੁਲਾਉਣਾ ਚਾਹੀਦਾ ਜਿਸ ਕਰਕੇ ਉਹ ਪੜ੍ਹਾਈ ਕਰਕੇ ਬੁੱਧੀਮਾਨ ਬਣਿਆ। ਪਹਿਲੀ ਮਾਤਾ ਲਕਸ਼ਮੀ ਦੇਵੀ ਜਿਸਨੇ ਜਾਣ ਕੇ ਅਕਲ ਸਿਖਾਈ, ਪੜ ਗੁੜ ਜੋਬਣ ਮਾਣ ਜਵਾਨੀ, ਉਮਰਾਂ 36 ਸਾਲ ਹੰਡਾਈ, ਉਸੇ ਦੀਆਂ ਅਸੀਸਾਂ ਲੈ ਲੈ ਭਲਿਆ ਲੋਕਾਂ ਦੀ ਛੋਹ ਪਾਈ, ਰੱਜ ਕੇ ਸੇਵਾ ਕਰਾਂ ਉਸਦੀ ਮਨੁੱਖਤਾ ਜਿਸ ਪਾਸੋਂ ਆਈ। ਦੂਜੀ ਅੰਮਾ ਭਾਰਤ ਮਾਤਾ ਜਿਸ ਦੀ ਮਿੱਟੀ ਮੈਨੂੰ ਜਣਿਆ, ਉਸਦੀ ਭਗਤੀ ਕਰਦਾ ਕਰਦਾ ਮੈਂ ਪੰਜਾਬੀ ਸ਼ਾਇਰ ਬਣਿਆ। ਏਕੇ ਤੇ ਇਤਫਾਕ ਕਰਾਂਦਿਆਂ ਸਾਰੀ ਉਮਰ ਬੀਤ ਗਈ ਮੇਰੀ, ਉੜਕ ਦੁੱਧ ਵਿੱਚ ਕਾਂਜੀ ਪਾ ਗਿਆ ਕੋਈ ਵਿਦੇਸ਼ੀ ਫਿਤਨਾ ਛਣਿਆ। ਤੀਜੀ ਮਾਂ ਪੰਜਾਬੀ ਬੋਲੀ ਬਚਪਨ ਵਿੱਚ ਮਾਂ ਪਾਸੋਂ ਸਿੱਖੀ, ਧੋਤੀ ਮਾਂਜੀ ਪਹਿਨੀ ਪਚੜੀ, ਨਜ਼ਮ ਨਸਰ ਬੋਲੀ ਤੇ ਲਿਖੀ, ਮਤਰੇਈ ਨੂੰ ਪਰਾਂ ਹਟਾ ਕੇ ਪਟਰਾਣੀ ਨੂੰ ਤਖ਼ਤ ਬਹਾਇਆ। ਇਹੋ ਜਿਹੀ ਮਨੋਹਰ ਮਿੱਠੀ ਹੋਰ ਕੋਈ ਬੋਲੀ ਨਹੀਂ ਡਿੱਠੀ। ਕੀ ਸਿੱਖਿਆ? ਆਪਣੀ ਮਾਂ ਮਾਤ ਭਾਸ਼ਾ ਅਤੇ ਦੇਸ਼ ਨੂੰ ਸਦਾ ਪਿਆਰ ਕਰਨਾ ਅਤੇ ਸਦਾ ਇਹਨਾਂ ਦਾ ਮਾਣ ਵਧਾਉਣਾ।